ਜਾਂਦੀ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸੈਨਾ ਹਿੰਦੁਸਤਾਨ ਜਿੰਦਾਬਾਦ 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 ਹਿੰਦੁਸਤਾਨ ਸ਼ਕਤੀ ਸੈਨਾ ਜਿੰਦਾਬਾਦ 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 ਮੈਂ ਕਹਿਣਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਨੇ ਇੱਕ ਬੜੀ ਵਧੀਆ ਬਣਾਈ ਹੈ ਲੋਕ ਸਭਾ ਰਾਜ ਸਭਾ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਇਹ ਸਿਰਫ ਸਮਾਜ ਦੇ ਸੁਧਾਰਨ ਲਈ ਤਿੰਨ ਪ੍ਰਣਾਲੀਆਂ ਬਣਾਈਆਂ ਜਿਹਦੇ ਵਿੱਚ ਅਸੀਂ ਅੱਜ ਲੋਕ ਸਭਾ ਦੇ ਵਿੱਚ ਆਪਣਾ ਨਾਮਜ਼ਦ ਕਰਕੇ ਕਰਨੀ ਤਾਂ ਅਸੀਂ ਲੋਕ ਸੇਵਾ ਹੀ ਹੈ ਕਈ ਜਿਹੜੀਆਂ ਪੈਂਡਿੰਗ ਕੰਮ ਚੱਲ ਰਹੇ ਆ ਜਿਹੜੇ ਆਮ ਛੋਟੇ ਗਰੀਬ ਤਬਕੇ ਲੋਕਾਂ ਨੂੰ ਜਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਨਹੀਂ ਹੋ ਪਾਉਂਦੀ ਉਹ ਸਾਡੇ ਰੂਪ ਦੇ ਵਿੱਚ ਇੱਕ ਕਹਿੰਦੇ ਨਾ ਕੋਈ ਕੈਂਡੀਡੇਟ ਖੜ੍ਹਦਾ ਔਰ ਜਿੱਤਦਾ ਜਿੱਤ ਕੇ ਉਹ ਸਰਕਾਰਾਂ ਦੇ ਵਿੱਚੋਂ ਆਪਣੇ ਕਈ ਐਸੇ ਕੰਮ ਹੈਗੇ ਜਿਹੜੇ ਪੂਰਨ ਕਰਾਉਂਦਾ ਸਰ ਕਿਹੜੇ ਕਿਹੜੇ ਮੁੱਦੇ ਹੋਣਗੇ ਤੁਹਾਡਾ ਜਿਵੇਂ ਤੁਸੀਂ ਬਾਈ ਚਾਂਸ ਅੱਜ ਉਹ ਮੁੱਦੇ ਨੂੰ ਲੈ ਕੇ ਕਿਹੜੇ ਕਿਹੜੇ ਮੁੱਦੇ ਲੈ ਕੇ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਮੁੱਦਾ ਜੀ ਇਨਸਾਨੀਅਤ ਹੋਣੀ ਚਾਹੀਦੀ ਸਾਰਿਆਂ ਵਿੱਚ ਧਰਮ ਜਿਹੜਾ ਸਭ ਅਲੱਗ ਹੈ ਪਾਰਟੀਆਂ ਸਭ ਅਲੱਗ ਹੈ ਲੇਕਿਨ ਜੇ ਅਸੀਂ ਇਨਸਾਨ ਹੋਵਾਂਗੇ ਤਾਂ ਸਾਰੇ ਇੱਕ ਧਰਮਾਂ ਨੂੰ ਵੀ ਨਤਮਸਤਕ ਹੋ ਕੇ ਨਾਲ ਜੋੜ ਕੇ ਚਲਾ ਸਕਾਂਗੇ ਜੇ ਅਸੀਂ ਇਨਸਾਨ ਹੀ ਹੈ ਨਹੀਂ ਤਾਂ ਕੁਛ ਨਹੀਂ ਕਰ ਸਕਾਂਗੇ ਸਭ ਤੋਂ ਵੱਡਾ ਸਾਡਾ ਮੁੱਦਾ ਜਿਹੜਾ ਪਵਨ ਗੁਪਤਾ ਜੀ ਨੇ 781 ਕਰੋੜ ਦਾ ਆਤੰਕਵਾਦੀ ਪੀੜਤ ਦਾ ਜਿਹੜਾ ਚੱਲ ਰਿਹਾ ਜਿਹੜਾ ਕਿ ਸਰਕਾਰਾਂ ਦੇ ਕਈ ਵਾਰ ਗੁਹਾਰ ਲਗਾਈ ਗਈ ਹੈ ਇਹ 2000 ਦੇ ਸੰਨ ਦੇ ਨੇੜੇ ਤੇੜੇ ਉਹਨਾਂ ਨੇ ਮੁਹਿੰਮ ਚੱਕੀ ਸੀ 2006 ਦੇ ਵਿੱਚ ਔਰ ਕਈ ਲੰਬਾ ਦੌੜ ਦੇ ਵਿੱਚ ਉਹਨਾਂ ਨੇ ਬੜੀ ਵੱਡੀ ਜਿੱਤ ਹਾਸਲ ਕੀਤੀ ਸੀ ਬਿੱਲ ਪਾਸ ਕਰਾ ਲਿਆ ਸੀਗਾ ਲੇਕਿਨ ਬਿੱਲ ਪਾਸ ਕਰਾਉਣ ਤੋਂ ਬਾਅਦ ਸਰਕਾਰਾਂ ਆਈਆਂ ਜਾਂਦੀਆਂ ਰਹੀਆਂ ਲੇਕਿਨ ਕਿਸੇ ਵੀ ਸਰਕਾਰ ਨੇ ਉਸ ਚੀਜ਼ ਨੂੰ ਪੂਰਨ ਨਹੀਂ ਕੀਤਾ ਜਿਹਦੇ ਵਿੱਚ ਸਾਡੇ ਮਾਨਣੀਏ ਪਵਨ ਗੁਪਤਾ ਜੀ ਨੇ ਫਿਰ ਮੁੱਦਾ ਉਠਾਇਆ ਕਿ ਲੋਕ ਸਭਾ ਦੇ ਇਲੈਕਸ਼ਨ ਲੜ ਕੇ ਅਸੀਂ ਆਪ ਜਿੱਤਾਂਗੇ ਜਿੱਤ ਕੇ ਅਸੀਂ ਪਬਲਿਕ ਦੀ ਸੇਵਾ ਕਰਾਂਗੇ ਔਰ ਜਿਹੜਾ ਬਿੱਲ ਹੈ ਸਾਡਾ ਪੈਂਡਿੰਗ ਉਹ ਪਾਸ ਕਰਾਵਾਂਗੇ ਸਰ ਜਿੱਦਾਂ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜਾ ਖੜਦੀਆਂ ਨੇ ਉਹ ਬਹੁਤ ਸਾਰੇ ਮੁੱਦੇ ਲੈ ਕੇ ਜਾਂਦੀਆਂ ਨੇ ਮੁੱਦੇ ਲੈ ਕੇ ਖੜਦੀਆਂ ਨੇ ਵੀ ਆਹ ਮੁੱਦਿਆਂ 'ਤੇ ਅਸੀਂ ਅੱਜ ਇਲੈਕਸ਼ਨ ਲੜ ਰਹੇ ਹਾਂ ਆਹ ਮੁੱਦੇ ਲੋਕਾਂ ਦੇ ਲਈ ਜਿਹੜੇ ਨਹੀਂ ਲੋਕਾਂ ਸਰਕਾਰਾਂ ਨੇ ਪੂਰੇ ਕੀਤੇ ਤੁਸੀਂ ਕਿਹੜੇ ਮੁੱਦੇ ਲੈਂਦੇ ਸਾਡਾ ਸਭ ਤੋਂ ਵੱਡਾ ਪਹਿਲਾਂ ਮੁੱਦਾ ਜੀ ਨਸ਼ਾ ਮੁਕਤ ਜਿਹੜਾ ਸਭ ਤੋਂ ਵੱਡੇ ਪਰਿਵਾਰਾਂ ਨੂੰ ਬਚਾਉਂਦਾ ਜੇ ਨਸ਼ਾ ਮੁਕਤ ਹੋਊਗਾ ਉਹ ਵਿੱਦਿਆ ਵੱਲ ਤੁਰੂਗਾ ਜੇ ਵਿੱਦਿਆ ਦਾ ਨਸ਼ਾ ਉਹਨੂੰ ਲੱਗ ਜੂਗਾ ਉਹ ਤਾਂ ਆਪਣੀ ਹੈਲਥ ਨੂੰ ਸਟਰੋਂਗ ਕਰੂਗਾ ਜਿਹਦੇ ਨਾਲ ਸਾਡਾ ਸਮਾਜ ਸਟਰੋਂਗ ਹੋਊਗਾ ਪਰਿਵਾਰ ਸਟਰੋਂਗ ਹੋਊਗੇ ਜਿਹੜੇ ਅਸੀਂ ਬੱਚੇ ਬਾਹਰ ਭੇਜਦੇ ਹਾਂ ਸਾਨੂੰ ਬਾਹਰ ਭੇਜਣ ਦੀ ਬਜਾਏ ਆਪਣਾ ਪੰਜਾਬ ਰੋਜ਼ਗਾਰ ਵਾਲਾ ਇੱਕ ਸਟੇਟ ਬਣ ਜੂਗਾ ਜਿਹਦੇ ਨਾਲ ਅਸੀਂ ਅੱਗੇ ਵੱਧ ਸਕਾਂਗੇ ਮੈਂ ਸੰਜੀਵ ਦੇ ਕਾਰਜਕਾਰਨੀ ਅਧਿਕਸ਼ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ ਤੋਂ ਜਿਵੇਂ ਕਿ ਬਾਕੀ ਸਾਰੀਆਂ ਪਾਰਟੀਆਂ ਨੇ ਆਪਣੇ ਨੁਮਾਇੰਦੇ ਖੜ੍ਹੇ ਕੀਤੇ ਆ ਲੋਕ ਸਭਾ ਇਲੈਕਸ਼ਨ ਲਈ ਉੱਦਾਂ ਹੀ ਅਸੀਂ ਵੀ ਆਪਣੇ ਕੈਂਡੀਡੇਟ ਜਿਹੜੇ ਆ ਦਵਿੰਦਰ ਬਗਰੀਆ ਜੀ ਲੁਧਿਆਣਾ ਤੋਂ ਅਤੇ ਪੰਜਾਬ 'ਚ ਅਸੀਂ 8 ਅਤੇ ਪੂਰੇ ਇੰਡੀਆ ਦੇ ਵਿੱਚ ਅਸੀਂ 50 ਕੈਂਡੀਡੇਟ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਖੜ੍ਹੇ ਕੀਤੇ ਆ ਸੋ ਜਿਹੜੇ ਮੁੱਦੇ ਜਿਹੜੀ ਆਵਾਜ਼ ਪੰਜਾਬ ਦੀ ਜਾਂ ਲੁਧਿਆਣਾ ਦੀ ਖਾਸ ਕਰਕੇ ਕਿਉਂਕਿ ਅਸੀਂ ਅੱਜ ਲੁਧਿਆਣਾ ਦੀ ਧਰਤੀ 'ਤੇ ਖੜ੍ਹੇ ਲੁਧਿਆਣਾ ਦੀ ਖਾਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਬੜਾ ਹੀ ਵੱਡਾ ਜਿਹੜਾ ਕੋਹੜ ਆ ਕਿਸੇ ਵੀ ਸਰਕਾਰ ਨੇ ਨਹੀਂ ਕੱਢਿਆ ਉਹ ਬੁੱਢੇ ਨਾਲੇ ਦਾ ਵਾ ਫਿਰ ਦੇਖੋ ਕਿੰਨੀਆਂ ਸਰਕਾਰਾਂ ਆਈਆਂ ਜਿਹੜੀਆਂ ਕਹਿੰਦਿਆਂ ਸੀ ਅਸੀਂ ਆਮ ਪਬਲਿਕ ਦੀ ਆਮ ਦੀ ਸਰਕਾਰ ਹਾਂ ਅੱਜ ਤੱਕ ਕੋਈ ਵੀ ਇੱਥੇ PGI ਵਰਗਾ ਹੋਸਪਿਟਲ ਨਹੀਂ ਲਿਆ ਸਕੇ ਜੋ ਕਿ ਬਹੁਤ ਵੱਡਾ ਮੁੱਦਾ ਲੁਧਿਆਣਾ ਇੱਕ ਮੈਟਰੋ ਸਿਟੀ ਹੈ ਜਿਹੜਾ ਬਹੁਤ ਹੈ ਫਿਰ ਤੁਸੀਂ ਟ੍ਰੈਫਿਕ ਬਹੁਤ ਹੈ ਇੱਥੇ ਪੋਲਿਊਸ਼ਨ ਦੀ ਬਹੁਤ ਪ੍ਰੋਬਲਮ ਹੈ ਡਾਇੰਗਾਂ ਦੀ ਜਿਹੜੀ ਇੰਡਸਟਰੀ ਦੀ ਉਹਦੀ ਬਹੁਤ ਪ੍ਰੋਬਲਮ ਹੈ ਸੋ ਇਹ ਸਾਰੇ ਮੁੱਦੇ ਜਿਹੜੇ ਆ ਜੇ ਸਾਡੇ ਦਵਿੰਦਰ ਬਗਰੀਆ ਜੀ ਨੂੰ ਲੋਕ ਆਸ਼ੀਰਵਾਦ ਦਿੰਦੇ ਆ ਤਾਂ ਇਹ ਲੋਕ ਸਭਾ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ ਪਾਰਟੀ ਇਸ ਸਿਧਾਂਤ ਦੇ ਉੱਤੇ ਚੱਲ ਰਹੀ ਹੈ ਲੋਕਾਂ ਦੀ ਆਵਾਜ਼ ਬਣ ਕੇ ਪਾਰਟੀ ਸ਼ਿਵ ਸੈਨਾ ਹਿੰਦੁਸਤਾਨ ਜਿਹੜੀ ਹੈ ਉਹ ਲੋਕ ਸਭਾ ਦੇ ਜਿੱਦਾਂ ਕਿ ਸ਼ਿਵ ਸੈਨਾ ਤੁਸੀਂ ਗੱਲ ਕੀਤੀ ਹੈ ਬਹੁਤ ਸਾਰੇ ਜੇ ਸ਼ਿਵ ਸੈਨਾ ਦੇ ਜਿਵੇਂ ਗਊਸ਼ਾਲਾ ਵੀ ਤਕਰੀਬਨ ਆਪਾਂ ਗਊ ਦੀ ਆਪਾਂ ਮੇਨ ਉਹ ਗਊ ਦੇ ਮੁੱਦੇ ਨਾਉਣ ਲੈ ਕੇ ਚੱਲਦੇ ਹਾਂ ਗਊਆਂ ਅੱਜ ਵੀ ਸੜਕਾਂ 'ਤੇ ਰੁੜਦੀਆਂ ਪਈਆਂ ਨੇ ਇਹ ਤੁਸੀਂ ਇਹਨਾਂ ਮੁੱਦੇ ਨੂੰ ਲੈ ਕੇ ਚੱਲੋਗੇ ਬਿਲਕੁਲ ਜੀ ਦੇਖੋ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਕਾਓਸ ਜਿਹੜਾ ਸਰਕਾਰ ਲੈ ਰਹੀ ਆ ਉਹ ਕਿਉਂ ਨਹੀਂ ਦੇ ਰਹੀ ਗਊਸ਼ਾਲਾ ਨੂੰ
ਜੇ ਬਾਦਲ ਸਰਕਾਰ ਸੀ ਉਹਨਾਂ ਨੇ 25-25 ਏਕੜ 'ਚ ਗਊਸ਼ਾਲਾ ਬਣਾਈਆਂ ਸੀਗੀਆਂ, ਅੱਜ ਵੀ ਕਈ ਜਗ੍ਹਾ ਬਣੀਆਂ ਹੋਈਆਂ ਵਾ, ਬਟ ਲੁਧਿਆਣਾ ਤੋਂ ਬਾਹਰ ਬਣਾ ਦਿੱਤੀਆਂ ਗਈਆਂ, ਮਾਛੀਵਾੜੇ ਬਣਾ ਦਿੱਤੀ ਗਈ, ਕੋਈ ਕਿੱਧਰ ਬਣਾ ਦਿੱਤੀ ਗਈ। ਸੋ ਜਿਹੜੀ ਗਾਵਾਂ ਵਾ ਤੁਸੀਂ ਦੇਖਿਆ ਹੋਊਗਾ ਆਵਾਰਾ ਪਸ਼ੂਆਂ ਨਾਲ ਕਿੰਨੇ ਐਕਸੀਡੈਂਟ ਹੁੰਦੇ ਆ, ਕਿੰਨੇ ਰੋਜ਼ਮਰਾ ਦੇ ਲੋਕਾਂ ਨੂੰ ਜਿਹੜੀ ਆ ਉਹ ਭੋਗਣਾ ਪੈਂਦਾ ਵਾ ਸੰਤਾਪ, ਕਿ ਯਾਰ ਜਿਹੜੇ ਪਸ਼ੂ ਜਿਹੜਾ ਵਾ ਦੁੱਧ ਦਿੰਦਾ ਹੁੰਦਾ ਵਾ ਉਦੋਂ ਤੱਕ ਤਾਂ ਉਹ ਆਪ ਵਪਾਰ ਕਰਦੇ ਆ, ਉਹਦਾ ਦੁੱਧ ਵੇਚ ਕੇ ਪੈਸਾ ਕਮਾਉਂਦੇ, ਜਦੋਂ ਨਹੀਂ ਹੁੰਦਾ ਪਸ਼ੂ ਦੁੱਧ ਦੇ ਨਹੀਂ ਹੁੰਦਾ ਉਦੋਂ ਆ ਕੇ ਸ਼ਹਿਰ ਵਿੱਚ ਛੱਡ ਜਾਂਦੇ ਆ ਡੈਰੀਆਂ ਵਾਲੇ। ਸੋ ਇਹਦੇ ਉੱਤੇ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਏਗਾ, ਜਿਵੇਂ ਕਿ ਬਾਦਲ ਸਰਕਾਰ ਨੇ ਇੱਕ ਗਊ ਕਮਿਸ਼ਨ ਬਣਾਇਆ ਸੀਗਾ। ਅਸੀਂ ਅੱਜ ਵੀ ਪੰਜਾਬ ਸਰਕਾਰ ਕੋਲ ਵੀ ਇਹ ਮੰਗ ਕਰਾਂਗੇ, ਜੇ ਲੋਕ ਸਭਾ ਸਾਡੇ ਕੈਂਡੀਡੇਟ ਨੂੰ ਜਾਂ ਸਾਡੀ ਪਾਰਟੀ ਨੂੰ ਕਿਤੇ ਕੋਈ ਮਜ਼ਬੂਤੀ ਮਿਲਦੀ ਆ, ਕੋਈ ਵੀ ਬੰਦਾ ਜਾਂਦਾ ਤਾਂ ਇਹ ਪਹਿਲ ਦੇ ਆਧਾਰ 'ਤੇ ਗੱਲ ਰੱਖੀ ਜਾਏ। ਸਰ ਜਿੱਦਾਂ ਲੱਗਦਾ ਜਿਹੜੇ ਗਊਸ਼ਾਲਾ ਜਿੰਨੀਆਂ ਬਣੀਆਂ ਨੇ ਉਹ ਕਹਿੰਦੇ ਨੇ ਵੀ ਜਿਹੜੀ ਗਊਆਂ ਨੇ ਜਿਹੜੀਆਂ ਬਾਹਰ ਆਵਾਰਾਂ ਨੇ ਵੀ ਉਹ ਦੇਸੀ ਗਊਆਂ ਜਾਂ ਉਹ ਸਾਡੇ ਇਸ ਧਰਮ ਦੇ ਮੁਤਾਬਕ ਨਹੀਂ ਹੈਗੀਆਂ? ਨਹੀਂ, ਇੱਦਾਂ ਕੁਛ ਨਹੀਂ ਹੁੰਦਾ ਹੁੰਦਾ ਧਰਮ ਦੇ ਮੁਤਾਬਕ ਕੀ ਨਹੀਂ ਹੁੰਦਾ ਹੁੰਦਾ ਧਰਮ ਦੇ ਮੁਤਾਬਕ ਕੋਈ ਕਿਵੇਂ ਕਹਿ ਕੋਈ ਕਿਸੇ ਨੂੰ ਕਿੱਦਾਂ ਗਰੰਟੀ ਦੇ ਸਕਦਾ ਕਿ ਦੇਸੋ ਹੀ ਰੱਖਣੀ ਆ? ਜੀਵ ਤਾਂ ਜੀਵ ਆ, ਹੱਤਿਆ ਤਾਂ ਹੱਤਿਆ ਵਾ, ਤੁਸੀਂ ਕਿਸੇ ਨੂੰ ਗਰੰਟੀ ਕਿਵੇਂ ਦੇ ਦਿਓ? ਇਹੀ ਜਿਹੜਾ ਸਟੰਟਬਾਜ਼ੀ ਆ ਕੁਛ ਹਿੰਦੂ ਸਮਾਜ ਵਿੱਚ ਗਲਤ ਕਰ ਰਹੇ ਆ ਲੋਕ। ਜੇ ਕੋਈ ਇੱਥੇ ਕੋਈ ਕਤਲਗਾਰਦ ਹੁੰਦੀ ਆ, ਕੋਈ ਮੁਰਗੇ ਦੇ ਉੱਤੇ ਕੋਈ ਕਤਲ ਹੁੰਦਾ ਵਾ, ਉਹਦੇ ਉੱਤੇ ਆ ਜਾਂਦੇ ਐਨੀਮਲ ਐਕਟ ਵਾਲੇ, ਜੀ ਸਾਡਾ ਜੀ ਅਸੀਂ ਐਨੀਮਲ ਪਿਆਰ ਕਰਨ ਵਾਲੇ ਹਾਂ, ਲਵਰ ਆ ਜਾਂਦੇ ਆ ਜੀ ਇਹ ਨਹੀਂ, ਅਤੇ ਗਊ ਨੂੰ ਤੁਸੀਂ ਇਹ ਦੱਸ ਰਹੇ ਹਾਂ ਕਿ ਦੇਸੀ ਨਹੀਂ ਆ, ਇਹ ਫਾਰਮੀ ਆ, ਇਹ ਦੂਜੀ ਆ। ਸੋ ਇਹ ਜਿਹੜੀਆਂ ਪੋਲਸੀਆਂ ਇਹ ਗਲਤ ਆ, ਸ਼ਿਵ ਸੈਨਾ ਹਿੰਦੁਸਤਾਨ ਇਹਦੇ ਨਾਲ ਨਹੀਂ ਚੱਲਦੀ। ਸ਼ਿਵ ਸੈਨਾ ਹਿੰਦੁਸਤਾਨ ਲਈ ਗਊ ਮੀਨਸ ਗਊ ਆ, ਉਹ ਕੋਈ ਵੀ ਹੋਵੇ। ਕ੍ਰਿਸ਼ਨ ਸ਼ਰਮਾ, ਮੈਂ ਰਾਸ਼ਟਰੀ ਮਹਾਮੰਤਰੀ ਪ੍ਰਭਾਰੀ ਪੰਜਾਬ ਔਰ ਰਾਜਸਥਾਨ, ਸ਼ਿਵ ਸੈਨਾ ਹਿੰਦੁਸਤਾਨ। ਅੱਜ ਜਿਹੜੀ ਕਿ ਅੱਜ ਦੇਖਣਾ ਦੇ ਵਿੱਚ ਵੀ ਕਾਗਜ਼ ਪੱਤਰ ਵਾਸਤੇ ਆਏ ਹੋ, ਅੱਜ ਸ਼ਿਵ ਸੈਨਾ ਹਿੰਦੁਸਤਾਨ ਲੋਕ ਸਭਾ ਉਮੀਦਵਾਰ ਸਾਡੇ ਦਵਿੰਦਰ ਬਗੜੀਆ ਜੀ ਨੂੰ, ਜਿਹੜਾ ਸ਼ਿਵ ਸੈਨਾ ਹਿੰਦੁਸਤਾਨ ਦਾ ਰਾਜਨੀਤਿਕ ਵਿੰਗ ਹੈ ਹਿੰਦੁਸਤਾਨ ਸ਼ਕਤੀ ਸੈਨਾ, ਉੱਥੋਂ ਟਿਕਟ ਮਿਲੀ ਹੈ ਮਾਨਯ ਸਾਡੇ ਪਾਰਟੀ ਦੇ ਰਾਸ਼ਟਰੀ ਅਧਿਅਕਸ਼ ਸ਼੍ਰੀ ਪਵਨ ਗੁਪਤਾ ਜੀ ਵੱਲੋਂ। ਔਰ ਅਸੀਂ ਅੱਜ ਹੀ ਪਹਿਲੀ ਵਾਰ ਇਲੈਕਸ਼ਨ ਨਹੀਂ ਲੜਨ ਜਾ ਰਹੇ, ਪਹਿਲਾਂ ਵੀ ਅਸੀਂ ਇਲੈਕਸ਼ਨ ਲੜਦੇ ਹਾਂ, ਸਾਡੀਆਂ ਜਿਹੜੀਆਂ ਮੇਨ ਪ੍ਰਾਇਓਰਟੀਆਂ ਤੁਸੀਂ ਤੁਹਾਨੂੰ ਦੱਸ ਚੁੱਕੇ ਹੋ ਸੰਜੀਵ ਜੀ। ਔਰ ਸ਼ਿਵ ਸੈਨਾ ਹਿੰਦੁਸਤਾਨ ਦਾ ਜਿਹੜਾ ਮੁੱਖ ਮੁੱਦਾ ਹੈ ਉਹ ਆਤੰਕਵਾਦ ਪੀੜਤਾਂ ਨੂੰ ਨਿਆਂ ਦਿਵਾਉਣਾ, ਹਿੰਦੂ ਮੰਦਰ ਐਕਟ ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਸਾਡੇ ਸਮਾਜ ਦਾ ਜਿਹੜਾ ਭਲਾ ਹੋ ਸਕੇ, ਜਿਹੜਾ ਸਾਡਾ ਸਮਾਜ ਅੱਜ ਦੀ ਡੇਟ ਦੇ ਵਿੱਚ ਅਗਰ ਪਿਛੜਿਆ ਹੋਇਆ ਵਾ, ਅਗਰ SGPG ਤਰ੍ਹਾਂ ਦੇ ਹਿੰਦੂ ਮੰਦਰ ਐਕਟ ਬਣਦਾ ਤਾਂ ਉਹਦੇ ਵਿੱਚ ਅਸੀਂ ਆਪਣੇ ਸਮਾਜ ਦੀ ਸਭ ਦੀ ਅਸੀਂ ਮਦਦ ਕਰ ਸਕਦੇ ਹਾਂ। ਅਸੀਂ ਆਪਣੇ ਕੋਈ ਡੈਂਟਲ ਕਾਲਜ ਆ, ਕੋਈ ਹੋਰ ਕਾਲਜਿਸ ਆ, ਹੋਰ ਅਸੀਂ ਸ਼ਿਕਸ਼ਕ ਅਦਾਇਰੇ ਆ ਜਿਹੜੇ ਅਸੀਂ ਲੈ ਸਕਦੇ ਹਾਂ। ਕੁਛ ਕਹਿ ਦਿੰਦੇ ਆ ਕਿ ਵੀ ਅਗਰ ਕੋਈ MLA ਜਾਂ MP ਕੋਈ ਵੱਡਾ ਕੋਈ ਧਨਾੜ ਵਿਅਕਤੀ ਕੋਈ ਇੱਕ ਪਿੰਡ ਗੋਦ ਲੈ ਲਵੇ, ਪਰ ਅਸੀਂ ਇਹ ਕਹਿਣਾ ਚਾਹੁੰਦੇ ਕਿ ਜਿਹੜੇ ਸਾਡੇ ਮੰਦਰ ਹੈ ਬੜੇ ਧਨਾੜ ਮੰਦਰ ਹੈ, ਵੱਡੇ ਵੱਡੇ ਮੰਦਰ ਹੈ, ਅਗਰ ਉਹ ਮੰਦਰ ਦੀ ਉਹਨਾਂ ਦਾ ਮੰਦਰ ਦਾ ਜਿਹੜਾ ਦੇਖ ਰੇਖ ਹੈ ਸਾਡੇ ਹੱਥਾਂ 'ਚ ਆ ਜਾਵੇ, ਸਮਾਜ ਦੇ ਹੱਥਾਂ 'ਚ ਆ ਜਾਵੇ, ਤਾਂ ਅਸੀਂ 100-100 ਪਿੰਡ ਗੋਦ ਲੈ ਕੇ ਉਹਨਾਂ ਦੀ ਅਸੀਂ ਕਾਇਆਕਲਪ ਕਰਨ ਦੀ ਹਿੰਮਤ ਰੱਖਦੇ ਹਾਂ। ਸਾਡਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਹਿੰਦੂ ਮੰਦਰ ਐਕਟ ਬਣਦਾ ਉਸ ਦੇ ਵਿੱਚ ਸਮਾਜ ਦਾ ਸਾਡੇ ਭਲਾ ਹੋ ਸਕਦਾ, ਅਤੇ ਉਸ ਦੇ ਨਾਲ ਹੀ ਜਿਹੜੇ ਕਈ ਕੁਰੀਤੀਆਂ ਜਿਹੜੀਆਂ ਸਮਾਜ ਤੋਂ ਦੂਰ ਕੀਤੀਆਂ ਜਾ ਸਕਦੀਆਂ।